ਇਨਸਪਾਇਰ ਪੰਜਾਬੀ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਸਿੱਧੂ ਮੂਸੇਵਾਲਾ ਤੇ ਸਤਿੰਦਰ ਸਰਤਾਜ ਦਾ ਜੋ ਕਿ ਜੂਨ ਮਹੀਨੇ ਦੇ ਵਿੱਚ ਲਾਈਵ ਸ਼ੋਅ ਚੱਲਣੇ ਆ ਸਿੱਧੂ ਮੂਸੇਵਾਲੇ ਦਾ 4 ਜੂਨ ਨੂੰ ਗੁਰਦਾਵਾਂ ਵਿੱਚ ਤੇ ਸਤਿੰਦਰ ਸਰਤਾਜ ਜੋ ਕਿ ਯੂਰਪ ਟੂਰ ਲਈ ਜਾ ਰਹੇ ਹਨ ਤਾਂ ਇਸੇ ਨੂੰ ਲੈ ਕੇ ਸਿੱਖ ਜੱਤੇ ਬੰਦੀਆਂ ਤੇ ਵਿਦਵਾਨਾਂ ਵੱਲੋਂ ਰੋਸ ਜਤਾਇਆ ਜਾ ਰਿਹਾ ਜਿਦੇ ਵਿੱਚ ਸੁਖਪ੍ਰੀਤ ਸਿੰਘ ਉਦੋਕੇ ਉਹ ਇੱਕ ਪੋਸਟ ਲਿਖਦੇ ਨੇ ਉਹ ਕਹਿੰਦੇ ਕਿ ਜਜ਼ਬਾਤਾਂ ਨਾਲ ਨਾ ਖੇਡੋ ਗਾयक ਭਾਈਚਾਰੇ ਨੂੰ ਇਲਮ ਹੋਣਾ ਚਾਹੀਦਾ ਹੈ ਕਿ ਇਹਨਾਂ ਦਿਨਾਂ ਵਿੱਚ ਸਮੁੱਚੀ ਕੌਮ ਨੇ ਸੰਤਾਪ ਹੜਾਇਆ ਹੈ ਅਤੇ ਇਹ ਤਰਾਸ ਦੀ ਤੀਜੇ ਕੱਲੂਕਾਰੇ ਦੇ ਰੂਪ ਵਿੱਚ ਹਰ ਸਿੱਖ ਦੇ سینੇ ਵਿੱਚ ਭਾਂਵੜ ਵਾਂਗ ਮਚਦੀ ਹੈ ਬਹੁਤ ਦਿਨ ਹੋਰ ਨੇ ਸਾਲ ਵਿੱਚ ਤੁਹਾਡੇ ਸ਼ੋਹਾਂ ਵਾਸਤੇ ਪਰ ਇਹਨਾਂ ਦਿਨਾਂ ਵਿੱਚ ਕੌਮ ਦੇ ਜਜ਼ਬਾਤਾਂ ਨਾਲ ਨਾ ਖੇਡੋ ਤਾਂ ਇੱਕ ਹੋਰ ਪੋਸਟ ਜੋ ਕਿ ਪਰਮਜੀਤ ਸਿੰਘ ਅਕਾਲੀ ਨੇ ਲਿਖੀ ਹੈ ਉਹ ਕਹਿੰਦੇ ਕਿ ਅਸਲੀ ਕਾਂਗਰਸੀ ਹੋਣ ਦਾ ਸਬੂਤ ਵੀ ਦੇਣਾ ਸੌਣੀਆਂ ਨੂੰ ਸਾਂਤਾਂ ਦੀ ਫੋਟੋ ਨਾਲ ਹਮਦਰਦੀ ਲੈਣੀ ਜੂਨ ਚ ਸਰਕਾਰੀ ਸੰਧ ਬਣ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਸਿੱਧੂ ਮੂਸੇਵਾਲਾ #ਸਰਕਾਰੀਸੰਧ ਤਾਂ ਇਹ ਸਿੱਧਾ ਹੀ ਜਵਾਬ ਦਿੰਦੇ ਆ ਸਿੱਧੂ ਮੂਸੇਵਾਲਾ ਨੇ ਜੋ ਕਿ ਪਿੱਛੇ ਜੇ ਗੀਤ ਆਇਆ ਸੀ 295 ਜਿਹਦੇ ਵਿੱਚ ਉਹਨਾਂ ਨੇ ਲਾਈਨ ਲਗਾ ਕੇ ਇੱਕ ਪੋਸਟ ਲਿਖੀ ਆ ਉਹ ਕਹਿੰਦੇ ਕਿ ਸਾਡਾ ਵੀ ਐ ਪੰਥ ਕੱਲਾ ਤੁਹਾਡਾ ਤਾਂ ਨਹੀਂ ਤਾਂ ਉਹ ਲਿਖਦੇ ਨੇ ਕਿ ਮਤਾਂ ਘਟਦਿਆ ਕਰੋ ਚੰਗੀਆਂ ਚੀਜ਼ਾਂ ਤੇ ਪੋਜ਼ਿਟਿਵਿਟੀ ਸਪਰੈਡ ਕਰਿਆ ਕਰੋ ਕਿਸੇ ਦੂਜੇ ਨੂੰ ਬੁਰਾ ਬੋਲਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਜ਼ਰੂਰ ਮਾਰਿਆ ਕਰੋ ਬਾਬਾ ਨਾਨਕ ਜੀ ਨੇ ਸਾਡਾ ਧਰਮ ਸਾਡੀ ਕਿਰਤ ਨੂੰ ਮੰਨਿਆ ਤੇ ਤੁਸੀਂ ਸੀ ਉਹਨਾਂ ਤੋਂ ਉੱਤੇ ਨਹੀਂ #ਝੂਠੇ ਸਾਲੇ ਤਾਂ ਤੁਹਾਡੇ ਇਸ ਦੇ ਸਬੰਧ ਵਿੱਚ ਕੀ ਵਿਚਾਰ ਨੇ ਤੁਹਾਡੀ ਕੀ ਰਾਇ ਆ ਆਪਣੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਪਹਿਲੀ ਵਾਰ ਇਸ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ